ਦਿਲ ਦੇ ਡੀਪੀ ਤੇ ਪਰਫੈਕਟ ਪਾਰਟਨਰ ਦੀ ਤਸਵੀਰ ਚਾਹੁੰਦੇ ਹੋ ਤਾਂ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਰਿਸ਼ਤੇ ਰਿਸ਼ਤੇ ਵਿੱਚ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਫੇਰ ਹਾਜ਼ਿਰ ਹਾਂ ਕੁਝ ਨਵੇਂ ਰਿਸ਼ਤਿਆਂ ਦੇ ਨਾਲ ਦੋਸਤੋ ਇਹ ਰਿਸ਼ਤੇ ਤੁਹਾਡੀ ਦਿਲ ਦੀ ਦੁਨੀਆ ਨੂੰ ਬਦਲਣ ਦਾ ਵਾਅਦਾ ਕਰਦੇ ਨੇ ਤਾਂ ਦੋਸਤੋ ਅੱਜ ਦੇ ਐਪੀਸੋਡ ਦੇ ਵਿੱਚ ਜਿਹੜਾ ਪਹਿਲਾ ਰਿਸ਼ਤਾ ਮੇਰੇ ਕੋਲ ਆਇਆ 30 ਸਾਲਾਂ ਦੇ 5 ਫੁੱਟ 7 ਇੰਚ ਇਹਨਾਂ ਦੀ ਹਾਈਟ ਹੈ ਅਨਮੈਰਿਡ ਨੇ ਗੁੱਡ ਲੁਕਿੰਗ ਨੇ ਜਰਸੀਖ ਮੁੰਡੇ ਦੀ ਇਹ ਪ੍ਰੋਫਾਈਲ ਮੈਂ ਪੜ ਰਹੀ ਹਾਂ ਜੀ ਜਰਮਨੀ ਤੋਂ ਇਹ ਪ੍ਰੋਫਾਈਲ ਆਈ ਹੈ ਮਾਸਟਰਸ ਇਹਨਾਂ ਨੇ ਕੀਤੀ ਹੋਈ ਹੈ ਇਕਨ ਕਰਾਂ ਤਾਂ ਖਸ਼ਿਆਲਪੁਰ ਪੰਜਾਬ ਨਾਲ ਇਹਨਾਂ ਦਾ ਸੰਬੰਧ ਹੈਗਾ ਇਹ ਲੱਭ ਰਹੇ ਨੇ ਆਪਣੇ ਲਈ 23 ਤੋਂ 30 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ ਪਰਮਨੈਂਟ ਰੈਜ਼ੀਡੈਂਟ ਜਾਫਿਰ ਕਿਸੇ ਵੀ ਵੀਜ਼ਾ ਸਟੇਟਸ ਤੇ ਜੱਟ ਸਿੱਖ ਕੁੜੀ ਦੀ ਤਲਾਸ਼ ਕਰ ਰਹੇ ਨੇ ਜਿਹੜੇ ਕਿ ਜਰਮਨੀ ਦੇ ਵਿੱਚ ਰਹਿ ਰਹੇ ਹੋਣ ਤਾਂ ਅਗਲਾ ਰਿਸ਼ਤਾ ਜਿਹੜਾ ਮੇਰੇ ਕੋਲ ਆਇਆ ਹੈ ਉਏ 29 ਸਾਲਾਂ ਦੇ 6 ਫੁੱਟ 8 ਇੰਚ ਇਹਨਾਂ ਦਾ ਕੱਦ ਹੈ ਅਨਮੈਰਿਡ ਨੇ ਗੁੱਡ ਲੁਕਿੰਗ ਨੇ ਜਟਸਿਕ ਸਿਟੀਜ਼ਨ ਦੀ ਇਹ ਪ੍ਰੋਫਾਈਲ ਮੈਂ ਪੜ ਰਹੀ ਹਾਂ ਜੀ ਕੈਨੇਡਾ ਦੇ ਵਿੱਚ ਇਹ ਮੁੰਡਾ ਰਹਿੰਦਾ ਹੈ bizness ਖੁਦ ਦਾ ਕਰਦੇ ਨੇ ਇੰਡੀਅਨ ਬੈਕਗ੍ਰਾਉਂਡ ਦੇ ਵਿੱਚ ਮੈਂ ਗੱਲ ਕਰਾਂ ਤਾਂ ਫਤੇਗੜ ਸਾਹਿਬ ਪੰਜਾਬ ਨਾਲ ਇਹਨਾਂ ਦਾ ਸੰਬੰਧ ਹੈਗਾ ਇਹ ਲੱਭ ਰਹੇ ਨੇ ਆਪਣੇ ਲਈ ਅਨਮੈਰਿਡ 25 ਤੋਂ 28 ਸਾਲਾਂ ਦੇ ਵਿਚਕਾਰ ਪਰਮਨੈਂਟ ਰੈਜ਼ੀਡੈਂਟ ਜਾਂ ਫਿਰ ਵਰਕ ਪਰਮਿਟ ਹੋਲਡਰ ਜੱਟ ਸਿੱਖ ਕੁੜੀ ਦੀ ਤਲਾਸ਼ ਕਰ ਰਹੇ ਨੇ ਕੈਨੇਡਾ ਕੰਟਰੀ ਤੋਂ ਤਾਂ ਜੇ ਅਗਲਾ ਰਿਸ਼ਤਾ ਆਇਆ ਜੀ 29 ਸਾਲਾਂ ਦੇ 6 ਫੁੱਟ ਕੱਦ ਦੇ ਅਨਮੈਰਿਡ ਗੁੱਡ ਲੁਕਿੰਗ ਜੱਟ ਸਿੱਖ ਸਿਟੀਜ਼ਨ ਦੀ ਇਹ ਪ੍ਰੋਫਾਈਲ ਮੈਂ ਪੜ ਰਹੀਆਂ ਜੀ ਕੈਨੇਡਾ ਦੇ ਵਿੱਚ ਇਹ ਮੁੰਡਾ ਰਹਿੰਦਾ ਹੈ ਤੇ ਇਹਨਾਂ ਨੇ ਡਿਪਲੋਮਾ ਕੀਤਾ ਹੋਇਆ ਇੰਜੀਨੀਅਰਿੰਗ ਦੇ ਵਿੱਚ ਤੇ ਇਹ ਖੁਦ ਦਾ ਬਿਜ਼ਨਸ ਕਰ ਰਹੇ ਨੇ ਇੰਡੀਅਨ ਬੈਕਗ੍ਰਾਉਂਡ ਦੀ ਜੇ ਮੈਂ ਗੱਲ ਕਰਾਂ ਤਾਂ ਸੰਗਰੂਰ ਪੰਜਾਬ ਨਾਲ ਸੰਬੰਧ ਰੱਖਦੇ ਨੇ ਇਹ ਲੱਭ ਰਹੇ ਨੇ ਆਪਣੇ ਲਈ 23 ਤੋਂ 30 ਸਾਲਾਂ ਦੇ ਵਿੱਚਕਾਰ ਅਨਮੈਰਿਡ ਕਿਸੇ ਵੀ 5 ਫੁੱਟ 7 ਇੰਚਾਂ ਦੀ ਹਾਈਟ ਹੈ 언ਮੈਰਿਡ ਨੇ ਗੁੱਡ ਲੁਕਿੰਗ ਨੇ ਜਟ ਸਿੱਖ ਸਿਟੀਜ਼ਨ ਦੀ ਪ੍ਰੋਫਾਈਲ ਮੈਂ ਪੜ ਰਹੀ ਹਾਂ ਜੀ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਮਾਸਟਰਸ ਇਹਨਾਂ ਨੇ ਕੀਤੀ ਹੋਈ ਆ ਬਾਇਓ ਟੈਕਨੋਲੋਜੀ ਦੇ ਵਿੱਚ ਤੇ ਐਜ਼ ਅ ਮੈਨੇਜਰ ਕੰਮ ਕਰ ਰਹੇ ਨੇ ਇੰਡੀਅਨ ਬੈਕਗਰਾਉਂਡ ਦੀ ਜੇ ਮੈਂ ਗੱਲ ਕਰਾਂ ਤਾਂ ਕਪੂਰਥਲਾ ਪੰਜਾਬ ਨਾਲ ਇਹਨਾਂ ਦਾ ਸੰਬੰਧ ਹੈਗਾ ਇਲਾਬ ਰਹੇ ਨੇ ਆਪਣੇ ਲਈ 28 ਤੋਂ 34 ਸਾਲਾਂ ਦੇ ਵਿਚਕਾਰ 언ਮੈਰਿਡ ਸਿਟੀਜ਼ਨ ਪਰਮਨੈਂਟ ਰੈਜ਼ੀਡੈਂਟ ਕਿਸੇ ਵੀ ਵੀਜ਼ਾ ਸਟੇਟਸ ਤੇ ਜਟ ਸਿੱਖ ਕੁੜੀ ਨੂੰ ਕੈਨੇਡਾ ਕੰਟਰੀ ਤੋਂ ਅਗਲੇ ਜਿਹੜਾ ਅਗਲਾ ਰਿਸ਼ਤਾ ਮੇਰੇ ਕੋਲ ਆਇਆ 28 ਸਾਲਾਂ ਦੇ 5 ਫੁੱਟ 11 ਇੰਚ ਅਨਮੈਰਿਡ ਗੁੱਡ ਲੁਕਿੰਗ ਜੱਟ ਸਿੱਖ ਮੁੰਡੇ ਦੀ ਇਹ ਪ੍ਰੋਫਾਈਲ ਮੈਂ ਪੜ ਰਹੀ ਹਾਂ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਹੋਲਡਰ ਨੇ ਡਿਪਲੋਮਾ ਕੀਤਾ ਹੋਇਆ ਹੈ ਇਹਨਾਂ ਨੇ ਸੀਐਨਸੀ ਦਾ ਸੀਐਨਸੀ ਪ੍ਰੋਗਰਾਮਿੰਗ ਐਂਡ ਐਡਮਿਨਿਸਟ੍ਰੇਸ਼ਨ ਦਾ ਇਹਨਾਂ ਨੇ ਡਿਪਲੋਮਾ ਕੀਤਾ ਹੋਇਆ ਤੇ ਖੁਦ ਦਾ ਬਿਜ਼ਨਸ ਕਰ ਰਹੇ ਨੇ ਇੰਡੀਅਨ ਬੈਕਗ੍ਰਾਉਂਡ ਦੀ ਜੇ ਮੈਂ ਗੱਲ ਕਰਾਂ ਤਾਂ ਨਵਾਂ ਸ਼ਹਿਰ ਪੰਜਾਬ ਨਾਲ ਇਹਨਾਂ ਦਾ ਸੰਬੰਧ ਹੈਗਾ ਹੈ ਇਹ ਲੱਭ ਰਹੇ ਨੇ ਆਪਣੇ ਲਈ 24 ਤੋਂ 29 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ ਪਰਮਨ ਨਾਲ ਹੀ ਕਸਟ 9 ਬਾਰ ਕੁੜੀ ਦੀ ਤਲਾਸ਼ ਕਰ ਰਹੇ ਨੇ ਕੈਨੇਡਾ ਕੰਟਰੀ ਤੋਂ ਅਗਲਾ ਰਿਸ਼ਤਾ ਹੈ ਜੀ 33 ਸਾਲਾਂ ਦੇ 6 ਫੁੱਟ ਇਹਨਾਂ ਦਾ ਕੱਦ ਹੈ 언ਮੈਰਿਡ ਨੇ ਗੁੱਡ ਲੁਕਿੰਗ ਨੇ ਜਟ ਸਿੱਖ ਮੁੰਡੇ ਦੀ ਪ੍ਰੋਫਾਈਲ ਆਈ ਹੈ ਜੀ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ਾ ਤੇ ਨੇ ਤੇ ਕੰਮਕਾਰ ਦੀ ਜੇ ਮੈਂ ਗੱਲ ਕਰਾਂ ਤਾਂ ਐਜ਼ ਅ ਟਰੱਕ ਡਰਾਈਵਰ ਕੰਮ ਕਰ ਰਹੇ ਨੇ ਇੰਡੀਅਨ ਬੈਕਗਰਾਉਂਡ ਬਠਿੰਡਾ ਪੰਜਾਬ ਦਾ ਇਹਨਾਂ ਦਾ ਹੈਗਾ ਤੇ ਇਹਨਾਂ ਨੂੰ ਤਲਾਸ਼ ਆਪਣੇ ਲਈ ਕਿਸੇ ਵੀ ਮੈਰਿਟਲ ਸਟੇਟਸ ਤੇ 29 ਤੋਂ 35 ਸਾਲਾਂ ਦੇ ਵਿੱਚ ਕੈਡ ਸਿਟੀਜ਼ਨ ਦੀ ਪਰਮਨੈਂਟ ਰੈਜ਼ੀਡੈਂਟ ਵਰਕ ਪਰਮਿਟ ਹੋਲਡਰ ਸਿੱਖ ਕਾਸਟ ਨੋ ਬਾਰ ਕੁੜੀ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ ਕੈਨੇਡਾ ਕੰਟਰੀ ਤੋਂ ਤਾਂ ਅੱਜ ਤੇ ਮੁੰਡੇ ਕੁੜੀਆਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤਾਂ ਉਹ ਧਿਆਨ ਨਾਲ ਸੁਣੋ ਕਿਉਂਕਿ ਇਹਨਾਂ ਪ੍ਰੋਫਾਈਲਾਂ ਦੇ ਵਿੱਚ ਤੁਸੀਂ ਆਪਣੇ ਪਰਫੈਕਟ ਪਾਰਟਨਰ ਨੂੰ ਲੱਭ ਸਕਦੇ ਹੋ ਕਿਉਂਕਿ ਪਰਫੈਕਟ ਪਾਰਟਨਰ ਦੋਸਤੋ ਉਹੀ ਹੁੰਦਾ ਜੋ ਤੁਹਾਡੇ ਦਿਲ ਨੂੰ ਇੱਕ ਨਮੀ ਜ਼ਿੰਦਗੀ ਦੇਵੇ ਅੱਜ ਸੀ ਅਜਿਹਾ ਕਹਿ ਸਕਦੇ ਆਂ ਤਾਂ ਅੱਜ ਬਹੁਤ ਸਾਰੀਆਂ ਰਿਕੁਆਇਰਮੈਂਟਸ ਆਈਆਂ ਕੈਨੇਡਾ ਤੋਂ ਤੇ ਕੈਨੇਡਾ ਲਈ ਰਿਕੁਆਇਰਮੈਂਟਸ ਵੀ ਨੇ ਤਾਂ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਤਾਂ ਹੋਰ ਦੇਸ਼ਾਂ ਤੋਂ ਵੀ ਰਿਕੁਆਇਰਮੈਂਟਸ ਆਉਂਦੀਆਂ ਨੇ ਪਰ ਖਾਸ ਕਰ ਕੈਨੇਡਾ ਦੇ ਵਿੱਚ ਜੇ ਰਹਿ ਰਹੇ ਹੋ ਤਾਂ ਤੁਸੀਂ ਧਿਆਨ ਨਾਲ ਸੁਣੋ ਤਾਂ ਅਗਲਾ ਰਿਸ਼ਤਾ ਜੜਾਇਆ 33 ਸਾਲਾਂ ਦੇ 5 ਫੁੱਟ 6 ਇੰਚ ਅਨਮੈਰਿਡ ਗੁੱਡ ਲੁਕਿੰਗ ਸਿੱਖ ਰਾਮਦਾਸੀਆ ਮੁੰਡੇ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਆਂ ਜੀ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਮਾਸਟਰਸ ਇਹਨਾਂ ਨੇ ਕੀਤੀ ਹੋਈ ਆ ਇੰਜੀਨੀਅਰਿੰਗ ਦੇ ਵਿੱਚ ਤੇ ਕੰਮਕਾਰ ਦੀ ਜੇ ਮੈਂ ਜੇਕਰ ਸਾਹਿਬ ਪੰਜਾਬ ਦਾ ਇਹਨਾਂ ਦਾ ਹੈਗਾ ਇਹ ਲੱਭ ਰਹੇ ਨੇ ਆਪਣੇ ਲਈ 27 ਤੋਂ 33 ਸਾਲਾਂ ਦੇ ਵਿਚਕਾਰ ਕਿਸੇ ਵੀ ਵੀਜ਼ਾ ਸਟੇਟਸ ਤੇ ਸਿੱਖ ਕਾਸਟ ਨੋਬਰ ਕੁੜੀ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ ਤੇ ਖਾਸ ਕਰਕੇ ਆਂਡੀਆਂ ਲਈ ਵੀ ਰਿਕੁਆਇਰਮੈਂਟ ਨੇ ਕੈਨੇਡਾ ਇੰਡੀਆ ਤੇ ਯੂਐਸ ਲਈ ਰਿਕੁਆਇਰਮੈਂਟ ਨੇ ਤਾਂ ਜੇਕਰ ਤੁਸੀਂ ਇੰਡੀਆ ਦੇ ਵਿੱਚ ਰਹਿ ਰਹੇ ਹੋ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਜਾਂ ਫਿਰ ਯੂਐਸ ਦੇ ਵਿੱਚ ਰਹਿ ਰਹੇ ਹੋ 27 ਤੋਂ 33 ਸਾਲਾਂ ਦੇ ਵਿਚਕਾਰ ਜੇਕਰ ਤੁਹਾਡੀ ਉਮਰ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਰਿਸ਼ਤੇ ਬਾਰੇ ਹੋਰ ਜਾਣਨ ਲਈ ਤੇ ਇਸ ਦੇ ਨਾਲ ਹੀ ਵੱਧਦੇ ਆ ਅਗਲੇ ਰਿਸ਼ਤੇ ਦੇ ਵੱਲ ਤਾਂ ਅਗਲਾ ਰਿਸ਼ਤਾ ਜਿਹੜਾ ਹੈ 42 ਸਾਲਾਂ ਦੇ 5 ਫੁੱਟ 9 ਇੰਚ ਇਹਨਾਂ ਦਾ ਕੱਦ ਹੈ ਗੁੱਡ ਲੁਕਿੰਗ ਨੇ ਸੈਪਰੇਟਿਡ ਸਿੱਖ ਕੰਬੋਜ ਮੁੰਡੇ ਦੀ ਇਹ ਪ੍ਰੋਫਾਈਲ ਮੈਂ ਪੜ ਰਹੀਆਂ ਜੀ ਪਰਮਨੈਂਟ ਰੈਜ਼ੀਡੈਂਟ ਨੇ ਕੈਨੇਡਾ ਦੇ ਵਿੱਚ ਤੇ ਐਜ਼ ਅ ਟਰੱਕ ਡਰਾਈਵਰੇ ਕੰਮ ਕਰ ਰਹੇ ਨੇ ਇੰਡੀਅਨ ਬੈਕਗਰਾਉਂਡ ਦੀ ਜੇ ਮੈਂ ਗੱਲ ਕਰਾਂ ਤਾਂ ਜਲੰਧਰ ਪੰਜਾਬ ਨਾਲ ਇਹ ਸੰਬੰਧ ਰੱਖਦੇ ਨੇ ਇਹ ਲੱਭ ਰਹੇ ਨੇ ਆਪਣੇ ਲਈ ਕਿਸੇ ਵੀ ਮੈਰਿਟਲ ਸਟੇਟਸ ਤੇ 30 ਤੋਂ 38 ਸਾਲਾਂ ਦੇ ਵਿਚਕਾਰ ਜਾਂ ਫਿਰ ਕਿਸੇ ਵੀ ਵੀਜ਼ਾ ਸਟੇਟਸ ਤੇ ਸਿੱਖ ਨਾਲ ਹੀ ਕਾਸਟ ਨੋ ਬਾਰ ਕੁੜੀ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ ਕੈਨੇਡਾ ਕੰਟਰੀ ਤੋਂ ਅਗਲਾ ਰਿਸ਼ਤਾ ਹੈ ਜੀ 34 ਸਾਲਾਂ ਦੀ 5 ਫੁੱਟ 3 ਇੰਚ ਇਹਨਾਂ ਦੀ ਹਾਈਟ ਹੈ ਡਾਈਵੋਰਸੀ ਨੇ ਗੁੱਡ ਲੁਕਿੰਗ ਨੇ ਸਿੱਖ ਜੱਟ ਕੁੜੀ ਦੀ ਪ੍ਰੋਫਾਈਲ ਮੈਂ ਪੜ ਰਹੀ ਹੈ ਜੀ ਪਰਮਨੈਂਟ ਰੈਜ਼ੀਡੈਂਟ ਨੇ ਜੱਟ ਸਿੱਖ ਕੁੜੀ ਜਿਹੜੇ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਮਾਸਟਰਸ ਇਹਨਾਂ ਨੇ ਕੀਤੀ ਹੋਈ ਹੈ ਐਮਟੈਕ ਦੇ ਵਿੱਚ ਤੇ ਐਜ਼ ਅ ਬਿਜ਼ਨਸ ਐਨਾਲਿਸਿਸਟ ਕੰਮ ਕਰ ਰਹੇ ਨੇ ਇੰਡੀਅਨ ਬੈਕਗ੍ਰਾਉਂਡ ਦੇ ਜੇ ਮੈਂ ਗੱਲ ਕਰਾਂ ਤਾਂ ਬਠਿੰਡਾ ਪੰਜਾਬ ਨਾਲ ਇਹਨਾਂ ਦਾ ਸੰਬੰਧ ਹੈਗਾ ਹਰ ਕੋਈ ਸ਼ਖਸ ਆਪਣੇ ਪਰਫੈਕਟ ਪਾਰਟਨਰ ਲਈ ਰਿਕੁਆਇਰਮੈਂਟ ਦਿੰਦਾ ਸੋਚ ਕੇ ਰੱਖਦਾ ਹੈ ਕਿ ਮੈਨੂੰ ਅਜਿਹਾ ਪਰਫੈਕਟ ਪਾਰਟਨਰ ਚਾਹੀਦਾ ਹੈ ਤਾਂ ਇਹ ਦਹੀ ਇਹਨਾਂ ਨੇ ਰਿਕੁਆਇਰਮੈਂਟ ਦਿੱਤੀ ਹੈ 33 ਤੋਂ 39 ਸਾਲਾਂ ਦੇ ਵਿਚਕਾਰ ਅਨਮੈਰਿਡ ਡਾਈਵੋਰਸ ਸਿਟੀਜ਼ਨਲੀ ਪਰਮਨੈਂਟ ਰੈਜ਼ੀਡੈਂਟ ਜੱਟ ਸਿੱਖ ਮੁੰਡੇ ਦੀ ਤਲਾਸ਼ ਕਰ ਰਹੇ ਨੇ ਤੇ ਕੰਟਰੀ ਲਈ ਰਿਕੁਆਇਰਮੈਂਟ ਦਿੱਤੀ ਹੈ ਨੇ ਕੈਨੇਡਾ ਕੰਟਰੀ ਲਈ ਅਗਲੀ ਜਿਹੜੀ ਪ੍ਰੋਫਾਈਲ ਆਈ ਹੈ 35 ਸਾਲਾਂ ਦੇ 5 ਫੁੱਟ 11 ਇੰਚ ਇਹਨਾਂ ਦੀ ਹਾਈਟ ਹੈ ਅਨਮੈਰਿਡ ਨੇ ਗੁੱਡ ਲੁਕਿੰਗ ਨੇ ਜੱਟ ਸਿੱਖ ਮੁੰਡੇ ਦੀ ਪ੍ਰੋਫਾਈਲ ਮੈਂ ਪੜ ਰਹੀਆਂ ਜੀ ਮੋਗਾ ਤੋਂ ਇਹ ਪ੍ਰੋਫਾਈਲ ਆਈ ਹੈ ਮੋਗਾ ਪੰਜਾਬ ਦੇ ਵਿੱਚ ਰਹਿੰਦੇ ਨੇ ਬੈਚਲਰਸ ਇਹਨਾਂ ਨੇ BCA ਦੇ ਵਿੱਚ ਕੀਤੀ ਹੋਈ ਹੈ ਤੇ ਇੱਕ ਫਾਰਮਰ ਵਜੋਂ ਕੰਮ ਕਰਦੇ ਨੇ ਇਹ ਲੱਭ ਰਹੇ ਨੇ ਆਪਣੇ ਲਈ ਅਨਮੈਰਿਡ ਡਾਈਵੋਰਸੀ 33 ਤੋਂ 35 ਸਾਲਾਂ ਦੇ ਵਿੱਚ ਕਾਲ ਸਿਟੀਜ਼ਨ ਨੂੰ ਜਿਹੜੇ ਕਿ ਪਰਮਨੈਂਟ ਰੈਜ਼ੀਡੈਂਟ ਹੋਣ ਜਾਂ ਫਿਰ ਵਰਕ ਪਰਮਿਟ ਹੋਲਡਰ ਹੋਣ ਜਟ ਸਿੱਖ ਕੁੜੀ ਦੀ ਤਲਾਸ਼ ਕਰ ਰਹੇ ਨੇ ਕੈਨੇਡਾ ਕੰਟਰੀ ਤੋਂ ਕੈਨੇਡਾ ਦੇ ਨਾਲ-ਨਾਲ ਇਹਨਾਂ ਨੇ ਰਿਕੁਆਇਰਮੈਂਟ ਦਿੱਤੀ ਹੈ ਨੇ ਯੂਐਸ ਲਈ ਤਾਂ ਜੇਕਰ ਤੁਸੀਂ ਯੂਐਸ ਦੇ ਵਿੱਚ ਵੀ ਰਹਿ ਰਹੇ ਹੋ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਣੇ ਜ਼ਿੰਦਗੀ ਨੂੰ ਇੱਕ ਨਵੇਂ ਸਫ਼ਰ ਤੇ ਲੈ ਕੇ ਜਾ ਸਕਦੇ ਹੋ ਦੋਸਤੋ ਤਾਂ ਇਸ ਨਾਲ ਹੀ ਅੱਜ ਦੀਆਂ ਪ੍ਰੋਫਾਈਲਾਂ ਦਾ ਸਫ਼ਰ ਇੱਥੇ ਆ ਕੇ ਖਤਮ ਹੁੰਦਾ ਹੈ ਜੇਕਰ ਤੁਹਾਨੂੰ ਕਿਸੇ ਵੀ ਪ੍ਰੋਫਾਈਲ ਨੂੰ ਸੁਣ ਕੇ ਲੱਗਾ ਤੁਹਾਡੇ ਲਈ ਪਰਫ प्रोफाइल का सदे कॉन्टेक्ट नंबर से साटैक्ट नंबर है विजिट कर सदबसाइट डबल्यू डबल्यू डबलआर बहुत शुक्रिया